ਚਲੋ ਜੀ ਐਫ ਐਮ 95 ਪੰਜਾਬ ਰੰਗ ਦੇ ਸਭ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਔਰ ਸਾਡੇ ਸੋਸ਼ਲ ਮੀਡੀਆ ਰਾਹੀਂ ਦੇਖਣ ਵਾਲੇ ਦਰਸ਼ਕ ਨੇ ਉਹਨਾਂ ਨੂੰ ਨਨਕਾਣਾ ਸਾਹਿਬ 'ਚ ਫਿਰ ਜੀ ਆਇਆਂ ਨੂੰ ਕਹਿੰਦੇ 550ਵਾਂ ਬਾਬਾ ਗੁਰੂ ਨਾਨਕ ਦੇਵ ਜੀ ਦਾ ਇਹ ਜਿਹੜਾ ਜਨਮ ਦਾ ਜਸ਼ਨ ਮਨਾਇਆ ਜਾ ਰਿਹਾ ਉਹ ਜਸ਼ਨ 'ਚ ਸਾਂਝ ਪਾਉਣ ਲਈ ਪੂਰੀ ਦੁਨੀਆ ਤੋਂ ਸੰਗਤਾਂ ਆਈਆਂ ਸਾਰੇ ਆਪੋ ਆਪਣੇ ਚਾਹ ਪੂਰੇ ਕਰਨ ਡੇ ਨੇ ਸੋ ਇਸ ਵੇਲੇ ਇੱਕ ਬਜ਼ੁਰਗ ਨੇ ਜਿਹੜੇ ਉਹ ਵੀ ਚਾਹੋ ਚਾਹੀ ਆਏ ਔਰ ਉਹਨਾਂ ਨੇ ਆਖਿਆ ਕਿ ਮੈਂ ਪਾਕਿਸਤਾਨੀ ਪਬਲਿਕ ਦੇ ਨਾਲ ਪਾਕਿਸਤਾਨੀ ਆਵਾਮ ਦੇ ਨਾਲ ਪਾਕਿਸਤਾਨੀ ਲੋਕਾਈ ਦੇ ਨਾਲ ਅਟਰੈਕਸ਼ਨ ਕਰਨੀ ਹੈ ਅਤੇ ਮੈਂ ਕਿਹਾ ਜੀ ਬਿਸਮਿਲਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਬਾਬਾ ਜੀ ਮੈਂ ਆਏ ਦੂਰੋਂ ਨੇੜੋਂ ਦੇਸ਼ਾਂ ਵਿਦੇਸ਼ਾਂ ਸੰਗਤ ਨੂੰ 550 ਸਾਲਾਂ ਦੀ ਲੱਖ ਲੱਖ ਵਧਾਈ ਦਿੰਦਾ ਗੁਰੂ ਨਾਨਕ ਪਾਤਸ਼ਾਹ ਵੱਲੋਂ ਵੀ ਵਧਾਈ ਦਿੰਦਾ ਕਹਿੰਦਾ ਤੁਹਾਨੂੰ ਲੱਖ ਲੱਖ ਵਾਰ ਵਧਾਈਆਂ ਸਾਡੇ ਵਿਹੜੇ ਆਉਣ ਵਾਲਿਓ ਤੁਹਾਡੇ ਰਾਹਾਂ ਵਿੱਚ ਅੱਖੀਆਂ ਵਿਛਾਈਆਂ ਸਾਡੇ ਵਿਹੜੇ ਆਉਣ ਵਾਲਿਓ ਉਹਨਾਂ ਨੇ ਆਪ ਗੁਰੂ ਜੀ ਅਖਵਾਇਆ ਉਹਨਾਂ ਨੇ ਵਿਹੜਾ ਆਪਣਾ ਜਿਹੜਾ ਘਰਾਂ ਨੂੰ ਵਿਹੜਾ ਗਿਆ ਮੇਰਾ ਘਰ ਵੀ ਮੇਰੇ ਘਰ ਆਏ ਨੇ ਤੁਹਾਨੂੰ ਲੱਖ ਲੱਖ ਵਾਰ ਵਧਾਈਆਂ ਸਾਡੇ ਵਿਹੜੇ ਆਉਣ ਵਾਲੇ ਤੁਹਾਡੇ ਰਾਹਾਂ ਵਿੱਚ ਅੱਖੀਆਂ ਵਿਛਾਈਆਂ ਕੀ ਕਹਿੰਦੇ ਆਪਣਾ ਨਾਂ ਤਾਂ ਦੱਸੋ ਮੇਰਾ ਨਾਂ ਸ਼ੇਰ ਸਿੰਘ ਲਹਿਰੀ ਆ ਜੀ ਕਿੱਥੋਂ ਆਏ ਲੁਧਿਆਣੇ ਤੋਂ ਆਏ ਆ ਜੀ ਜੋ ਜੀ ਲੁਧਿਆਣੇ ਵਾਲੇ ਆਏ ਨੇ ਤੇ ਹੁਣ ਉਹ ਆਪਣੇ ਪਿਆਰ ਦਾ ਖੁੱਲ ਖੁਲਾਸਾ ਜਿਹੜਾ ਉਹ ਪੇਸ਼ ਕਰ ਰਹੇ ਆ ਜੀ ਲੁਧਿਆਣੇ ਵਾਲਿਓ ਹਾਂਜੀ ਆਇਆਂ ਨੂੰ ਲੱਖ ਲੱਖ ਵਾਰੇ ਵਧਾਈਆਂ ਆਇਆਂ ਨੂੰ ਲੱਖ ਲੱਖ ਵਾਰੇ ਵਧਾਈਆਂ ਸਾਡੇ ਵਿਹੜੇ ਆਉਣ ਵਾਲਿਓ ਤੁਹਾਡੇ ਰਾਹਾਂ ਵਿੱਚ ਅੱਖੀਆਂ ਵਿਛਾਈਆਂ ਉਹ ਗੁਰੂ ਘਰ ਆਉਣ ਵਾਲਿਓ ਧਰਤੀ ਨੂੰ ਚੁੰਮਾ ਜੀ ਮੈਂ ਜਿੱਥੇ ਪੈਰ ਰੱਖੀ ਦੇ ਉਸ ਧਰਤੀ ਨੂੰ ਚੁੰਮਾ ਜੀ ਮੈਂ ਜਿੱਥੇ ਪੈਰ ਰੱਖੀ ਦੇ ਸੁੰਗ ਸੰਗਤ ਰੂਪ ਰੱਬ ਦੀ ਪਰ ਅਸੀਂ ਨਹੀਂ ਹੂੰ ਕੱਖ ਦੇ ਸੰਗਤ ਰੂਪ ਰੱਬ ਦੀ ਪਰ ਅਸੀਂ ਨਹੀਂ ਹੂੰ ਕੱਖ ਦੇ ਮੂੰਹੋਂ ਥੱਕਾ ਨਾ ਮੈਂ ਮੂੰਹੋਂ ਥੱਕਾ ਨਾ ਮੈਂ ਕਰਦਾ ਵਡੇ ਆਈਆਂ ਮੂੰਹੋਂ ਥੱਕਾ ਨਾ ਮੈਂ ਕਰਦਾ ਵਡੇ ਆਈਆਂ ਗੁਰੂ ਘਰ ਆਉਣ ਵਾਲਿਓ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਦੇਸ਼ਾਂ ਵਿਦੇਸ਼ਾਂ ਤੁਰ ਕੇ ਯਾਤਰਾ ਕੀਤੀ ਹੈ ਦੁਨੀਆਂ ਨੂੰ ਉਤਾਰਿਆ ਉਹ ਵੱਡੇ ਭਾਗਾਂ ਵਾਲੇ ਜਿਹੜੇ ਸਤਸੰਗ ਕਰੀਦੇ ਦੇਸ਼ਾਂ ਤੇ ਪ੍ਰਦੇਸ਼ਾਂ ਵਿੱਚ ਜਾ ਸੁੱਚੀ ਬਾਣੀ ਪੜਦੇ ਉਹ ਦੇਸ਼ਾਂ ਤੇ ਪ੍ਰਦੇਸ਼ਾਂ ਵਿੱਚ ਜਾ ਸੁੱਚੀ ਬਾਣੀ ਪੜਦੇ ਦੁਨੀਆਂ ਪੂਜਦੀ ਅੱਜ ਦੁਨੀਆਂ ਪੂਜਦੀ ਮਿਲਣ ਵਡੇ ਆਈਆਂ ਦੁਨੀਆਂ ਪੂਜਦੀ ਮਿਲਣ ਵਡੇ ਆਈਆਂ ਸਾਡੇ ਵਿਹੜੇ ਆਉਣ ਵਾਲਿਓ ਉਹ ਗੁਰੂ ਘਰ ਆਉਣ ਵਾਲਿਓ ਤੁਹਾਡੇ ਰਾਹਾਂ ਵਿੱਚ ਅੱਖੀਆਂ ਵਿਛਾਈਆਂ ਉਹ ਗੁਰੂ ਘਰ ਆਉਣ ਵਾਲਿਓ ਉਹ ਕੱਤੇ ਦਾ ਮਹੀਨਾ ਅੱਜ ਭਾਗਾਂ ਵਾਲੀ ਰਾਤ ਜੀ ਨਿਰਮਲ ਹੋਈਆਂ ਥਾਵਾਂ ਜਿੱਥੇ ਬੈਠੇ ਆਪ ਜੀ ਉਹ ਨਿਰਮਲ ਹੋਈਆਂ ਥਾਵਾਂ ਜਿੱਥੇ ਬੈਠੇ ਆਪ ਜੀ ਤਾਈਓ ਹੋਈਆਂ ਅੱਜ ਤਾਈਓ ਹੋਈਆਂ ਅੱਜ ਜਗ ਰਸ਼ਨਾਈਆਂ ਤਾਈਓ ਹੋਈਆਂ ਅੱਜ ਜਗ ਰਸ਼ਨਾਈਆਂ ਸਾਡੇ ਵਿਹੜੇ ਆਉਣ ਵਾਲਿਓ ਅੰਮ੍ਰਿਤ ਵੇਲੇ ਉੱਠ ਕਰਕੇ ਕਰ ਇਸ਼ਨਾਨ ਵੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਵੇ ਸੰਗਤਾਂ ਦਾ ਦਰਸ਼ਨ ਪਾਲਾ ਜੇ ਹੋਣਾ ਮਹਾਨ ਵੇ ਆਪੇ ਤਰਜੇਗਾ ਆਪੇ ਤਰਜੇਗਾ ਤਨ ਮਨ ਲਾਈਆਂ ਆਪੇ ਤਰਜੇਗਾ ਜੇ ਤਨ ਮਨ ਲਾਈਆਂ ਗੁਰੂ ਘਰ ਆਉਣ ਵਾਲਿਓ ਜੀ ਗਾਵੇ ਸਾਡੇ ਵਿਹੜੇ ਆਉਣ ਵਾਲਿਓ ਉਹ ਗੁਰੂ ਘਰ ਆਉਣ
ਵਾਹ ਵਾਹ ਜੀ, ਇਹ ਸਨ ਲੁਧਿਆਣੇ ਵਾਲੇ। ਸੋ FM 95 ਪੰਜਾਬ ਰੰਗ ਦੇ ਸਭ ਸੁਣਨ ਵਾਲੇ ਔਰ ਸਾਡੇ ਸੋਸ਼ਲ ਮੀਡੀਆ ਰਾਹੀਂ ਵੇਖਣ ਵਾਲੇ ਨੇ ਜਿਹੜੇ, ਮਸੂਦ ਮੱਲੀ ਇਸ ਕਵਰੇਜ ਦੇ ਨਾਲ ਨਨਕਾਣਾ ਸਾਹਿਬ ਤੋਂ ਕਿਸੇ ਅਗਲੇ ਜਜ਼ਬਾਤੀ ਲੰਮੇ ਦੇ ਨਾਲ ਦੁਬਾਰਾ ਤੁਹਾਡਾ ਸਵਾਗਤ ਕਰਾਂਗੇ ਨਨਕਾਣਾ ਸਾਹਿਬ। ਫਿਲਹਾਲ ਮਾਈਕ ਓਵਰ ਟੂ ਲਾਹੌਰ ਸਟੂਡੀਓਜ਼।